इस वीडियो में कॉपीराइट फेयर यूज का इस्तेमाल किया गया है, जिस तरह केस के विच वर्तियां गई किसी भी वीडियो से कोई भी कॉपीराइट स्ट्राइक नहीं पा सकते। जे कोई कॉपीराइट स्ट्राइक पाता है तो अकॉर्डिंग टू एक्ट उन वापस कॉपीराइट स्ट्राइक मिलेगी। इस करके अपनी निक्की का रिश्ता ना दो तो वीडियो बस एंजॉय करो। बोंडू तैयार होर भी फुकरे ठोकांगे ते वजांगे जिवें वजदा थोरदा थोड़ा फ्रेश शूट वाले आजो दईए मिलके खट्टा मिठा ते कौड़ा अज असीं नहीं बोलना अज खली भाजी खुद लैके आउणगे। लोड़ा सब तो पहले आस्ट्रेलिया तो आए यार ते आईए मतलब कमल कौर दे प्यार नूं मिलाईए। हुण मैं तैनूं प्रपोज करन लगा तेरी भी भूत होटल च लत्त चका के लेंदा रिया। ये तो शुक्र है हॉरर कैटेगरी वाल गई कहीं फिक्शन नहीं चूज कर लिया। और इसकी वीडियो च वोल्डेमॉर्ट चढ़ता हुंदा मैडम दा हैरी पॉटर नाल क्रॉसओवर आना सी ते गोबलेट ऑफ फायर च भी इहदा नाम निकलदा। कमल कौर भरावा जिहड़ी मूवी देखते देखते लागे कोल बैठे फीलिंग आई सी ना वो 5 मिनट बाथरूम च जांदा आप निकल जानी सी। वो फीलिंग पूरी करन दे चक्कर च मेरे मन नूं सारी जिंदगी खूज आवाजां मार के गूंजदी आवाज सुनेगा। लिखूं तों डूंगी दसदियां तैनूं वे ते मैं इहदे नाल ही ब्याह करवाऊंगा। फिर बाद लीक हो जाते ने अद्धे बोल रहे होंगे ने सपोर्ट करो अद्धे बोल रहे होंगे ने लिंक भेज समझ नहीं आती मुंह च बोलिया सच हो जाता जो जबानी काली आ। मैनूं अपना कल्ला फ्रेंड ना समझी मैं आप सोचो मुंडा घर देने भेजा होगा कि बाहर जाके सेट हो जाऊ मुंडा बाहरों आके भी अपसेट ही आ। ये मेरा प्रॉमिस है ते बाकी रही गल विल यू मैरी मी सोना फिट दी बेल्ट ऑर्डर कर जिहड़े हिसाब नाल पई चल रहे ना थोड़े चिर बाद टी शर्ट भी माप दे के सोनी पिया करनी। मच्छी भी एक बंदे तो की कुछ करा दिंदी आ जे ना होंगी तो दुनिया कित्थे दी कित्थे पहुंच जांदी साला ताही तां अजकल गए तरक्की च ने। राखी सावंत भी तो कॉम्प्लेक्स फील कर लग पी सानू तां बिल्कुल नहीं पता लग रहा कि स्क्रिप्टेड आ सामने कैमरामैन नहीं खड़िया तो प्री वेडिंग शूट करता 6 मिनट ते 50 सेकंड दी वीडियो च देसी एम्बर हेडी पहली बार मिलने तो हां ते आ गई। ਅੱਗ ਬਹੁਤ ਹੈ ਜਿਹਨੂੰ ਆਪਾਂ ਮਿੱਤਰ ਫਰਕ ਕਹਿ ਸਕਦੇ ਆ। ਮੈਨੂੰ ਤਾਂ ਮਿਲ ਗਿਆ ਮੇਰਾ ਲਾਈਫ ਪਾਰਟਨਰ। ਮੈਨੂੰ ਵੀ ਮਿਲ ਗਈ ਮੇਰੀ ਲਾਈਫ ਪਾਰਟਨਰ। ਹਾਂ ਉਹ ਤਾਂ ਪਤਾ ਹੀ ਹੈ ਸਾਨੂੰ ਮਿਲ ਗਈ ਪਰ ਅਸਲ ਦੁਨੀਆ ਵਾ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਨਹੀਂ ਚੱਲ ਰਿਹਾ ਇੱਥੇ ਖੜੇ ਤੇ ਸੋਟਾ ਬਹੁਤ ਜਲਦੀ ਵੱਜਦਾ। ਬਿਲਕੁਲ ਬਿਲਕੁਲ ਬਸ ਆਪਾਂ ਕਿਸ ਨਹੀਂ ਕਰ ਸਕਦੇ ਉਹ ਵਿਆਹ ਤੋਂ ਬਾਅਦ ਬੈਣ ਕੀ ਲੋੜੀ। ਮਾਈ ਮੈਨ ਓਨਲੀ ਵਾਂਟ ਕਿਸ ਤੇ ਵੀਰ ਨੂੰ ਉਹ ਵੀ ਨਹੀਂ ਮਿਲੀ ਇਹ ਤਾਂ ਉਹੀ ਗੱਲ ਹੋਈ ਕਿ ਸਾਰੀ ਰਾਤ ਜ਼ੋਰ ਲਾਈ ਕੇ ਤੇ 9 ਮਹੀਨੇ ਬਾਅਦ ਜੰਮਿਆ ਬਲੂ ਰਾਮ ਗੜੀਆ ਤੇ ਹੁਣ ਕੀ ਕਹਿਣਗੇ ਭਰਾਵਾ ਉਹ ਬੰਦਾ ਨਹੀਂ ਮੈਂ ਤਾਂ ਕਹਿ ਰਿਹਾ ਉਹ ਬੰਦਾ ਯਾਰ ਮੈਂ ਤਾਂ ਦੱਸਿਆ ਤੁਸੀਂ ਸਿਓ ਮੈਨੂੰ ਤਾਂ ਨੋਬੀਤਾਲੇ ਜਾਣਦਿਆ ਸੌਂਦਾ ਜਿਹੜਾ ਸਾਰੀ ਰਾਤ ਹਲਵਾਊਗਾ ਤੇ ਸਵੇਰੇ ਉੱਠ ਕੇ ਮੇਰਾ ਵੀ ਪੀਤੀ ਜਦੋਂ ਦੱਸੂ ਕਿ ਆਪ ਮਿਲ ਜੂ। ਆ ਵਿਆਹ ਤੋਂ ਬਾਅਦ ਕਸ ਕਰਾਂਗੇ। ਜੀਆਨ ਹੈ ਆਪ ਨੋਬੀਤਾ ਵਾਲੇ ਜੀਆਨ। ਹਾਂ ਇੱਕਾ ਸੈਤ ਨਹੀਂ ਰੁਕ ਰਿਹਾ ਤੇ ਦੂਜਾ ਮਾਨ ਸਾਹਿਬ ਤੇ। ਮੈਨੂੰ ਉਮੀਦ ਨਹੀਂ ਸੀ ਕਿ ਮੈਂ ਤਲਵੰਡੀ ਪਹੁੰਚ ਜਾਊਂਗਾ ਕਿਉਂਕਿ ਜਦੋਂ ਬਾਜ਼ਾਰ ਦੇ ਵਿੱਚ ਦੀ ਜਾ ਰਹੇ ਸੀ
ਸਾਡੀ ਗੱਡੀ ਦੇ ਚਾਰੇ ਟਾਇਰ ਤਹਾਂ ਸੀ। ਮੈਂ ਉਹਨੂੰ ਕਿਹਾ ਤੂੰ ਗੱਡੀ ਤਾਂ ਰੋਕ। ਉਹ ਕਹਿੰਦਾ ਜੀ ਮੈਂ ਕਿਉਂ ਰੋਕਾਂ, ਲੋਕ ਹੀ ਲਈ ਜਾਂਦੇ। ਹੁਣ ਮੈਂ ਦੱਸੋ ਕੀ ਕਰਾਂ, ਇੰਨੀ ਗੱਡੀ ਤਹਾਂ ਚੱਕ ਰੱਖੀ ਸੀ, ਇਹ ਪਿਆਰ ਨਹੀਂ ਬਈ ਕਿਤੇ ਭੁੱਲ ਸਕਦੇ। ਮੈਨੂੰ ਤਾਂ ਪਹਿਲਾਂ ਲੱਗਦਾ ਸੀ ਕਮੇਡੀ ਨਾਈਟ ਕਰਾਂ, ਸੁਖਬੀਰ ਬਦਲ ਖੋਲਣਾ ਚਾਹੀਦਾ, ਪਰ ਵੀਰ ਨੂੰ ਤਾਂ ਹਜੇ ਵੀ ਲੱਗ ਰਿਹਾ ਕਿ ਮੈਂ ਜਗਨੂ ਹਾਂ ਤੇ ਇਹ ਸ਼ੋਅ ਸਾਰਾ ਮੈਂ ਚਮੰਤੇ ਆਉਣਾ। ਭਰਾਵਾ ਇਹੋ ਜਿਹੀ ਗੱਡੀ ਕਿਸਾਨਾਂ ਨੂੰ ਦੇ ਦੇ, ਵਿਚਾਰੇ ਬੈਰੀਕੇਡ ਦੇ ਉੱਧਰ ਬੈਠੇ ਉੱਡ ਕੇ ਉੱਧਰ ਹੋ ਜਾਣ। ਕੋਈ ਕੰਮ ਕਰਨੀ, ਗੱਪਾਂ ਹੀ ਨਹੀਂ ਵੀਰ ਦੇ ਪੱਲੇ, ਲੋਕਾਂ ਨੂੰ ਬਣਾ ਕੇ ਰੱਖੋ ਲੱਲੇ, ਜਿਵੇਂ ਸ਼ੇਰ ਨੀ ਮੋਟਾ ਬਣਾਉਂਦੀ। ਇੰਨੀ ਜਲਦੀ ਥਾਈਲੈਂਡ ਤੇ ਜਾ ਕੇ ਸਟੀਵਨ ਹੌਕਿੰਗ ਨਹੀਂ ਠੀਕ ਹੁੰਦਾ ਹੋਣਾ, ਨਾਲੇ ਇਹਦੇ ਵਾਲਾ ਮਾਸਕ ਸਿਲੰਡਰ ਤੇ ਲੱਗ ਨਹੀਂ ਸਰਨਾ, ਇਹਦੇ ਲਈ ਤਾਂ ਸ਼ੌਕ ਲੈਂਡ ਦਾ ਵੱਡਾ ਟੈਂਕਰ ਮੰਗਾਓ। ਮੇਰੀ ਇਹਦੇ ਘਰ ਵਾਲੀ ਨੂੰ ਬੇਨਤੀ ਹੈ, ਮੇਰੇ ਵੀਰ ਜੇ ਹੋਰ ਨੀ ਕੁਝ ਹੁੰਦਾ ਤਾਂ ਵਿਚਾਰੀ ਨੂੰ ਜੂ ਚ ਭਰਤੀ ਕਰਾ ਦੇ, ਅਗਲੀ ਮਹੀਨੇ ਦਾ ਖਰਚਾ ਤਾਂ ਕੱਢੂ। ਇੱਥੇ ਤਾਂ ਠੀਕ ਆ ਬੀਬਾ, ਕਿਸ ਦੇ ਕੋਠੇ ਤੇ ਨਾ ਨੱਚਦੀ ਐਵੇਂ, ਕਿਸ ਦਾ ਲੈਂਟਰ ਸੁੱਟੇਂਗੀ। ਰਸ਼ੀ ਗੈਂਡੇ ਬੋਡੀ ਸ਼ੇਮਿੰਗ ਨਾ ਕਰ। ਅੱਛਾ ਮੇਰੀ ਬੋਡੀ ਸ਼ੇਮਿੰਗ ਦਿਖਦੀ ਆ, ਕਿਉਂ ਮੈਂ ਮੁੰਡਾ ਆ, ਇਹਦੀ ਨਹੀਂ ਦਿਖਦੀ ਜੋ ਕਿਸੇ ਦੇ ਤੁਰਨ ਦਾ ਮਜ਼ਾਕ ਬਣਾਉਂਦੀ। ਇਹਨੂੰ ਪਹਿਲਾਂ ਵੀ ਸਮਝਾਇਆ ਸੀ, ਜਦੋਂ ਤੱਕ ਕੰਟੈਂਟ ਦੀ ਕਮੀ ਹੋ ਜਾਂਦੀ ਹੈ ਮੈਂ ਟਵੀਜੀ ਬਾਹਰ ਕੱਢ ਕੇ ਤੁਰਨ ਲੱਗ ਪੈਂਦੀ। ਦੂਜਿਆਂ ਨੂੰ ਬੜੀ ਆਦਤ ਹੈ ਕਿਸੇ ਵੀ ਚੱਲਦੀ ਕੰਟਰੋਵਰਸੀ 'ਚ ਆਪਣੇ 3.5 ਫੁੱਟ ਦਾ ਨੱਕ ਫਸਾਉਣ ਦਾ। ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਜਿਸ 'ਚ ਇੱਥੇ ਦੇ ਬੋਰਨ ਬੱਚੇ ਕਹਿ ਰਹੇ ਨੇ ਕਿ ਜਿਹੜੇ ਇੰਟਰਨੈਟ ਸਟੂਡੈਂਟ ਹੁੰਦੇ ਨੇ ਉਹ ਬੜੇ ਚਲਾਕ ਨੇ, ਮੇਰਾ ਵੀਰ ਉਹ ਚਲਾਕ ਨੇ, ਉਹਨਾਂ ਸਮਝਦਾਰ ਕਹਿੰਦੇ ਨੇ। ਚਲੋ ਜੋ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹ ਸਹੀ ਹੈ, ਜਾਂ ਗਲਤ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ, ਪਰ ਉਸ 'ਤੇ ਬੋਲੇ ਨੇ ਆਪਣੇ ਕਿਰਪਨ ਦੀਦੀ। ਜਿਹੜੇ ਕੁੜੀਆਂ ਜਾਂ ਮੁੰਡੇ ਉੱਥੇ ਤੋਂ ਆ ਹਨਾ, ਦੇ ਆਰ ਲਾਈਕ ਮੋਰ ਚਲਾਕ than us, right? That's not you talking, that is some auntie who's always like, jehde saade niyane na itthon de oh bade hi bhole bhale a, jehde india ton aunde a oh ta bahut chalak ne. Well, I was saying that we all are Punjabis at the end of the day, so we should come together rather than pulling each other's legs. Jo uncle auntiyan di soch a ke aa ni aale jawak edan de, aale jawak appa oh cheezan ton ਪਰੇ ਹੋਈਏ, ਉੱਪਰ ਉੱਠੇ ਉਸ ਚੀਜ਼ ਤੋਂ, ਐਂਡ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ। ਹਾਂ ਬਿਲਕੁਲ, ਆ ਸਟੀਰੀਓਟਾਈਪ ਤੋੜੋ ਤੇ ਤੀਜੇ ਦਿਨ ਬੀਬੀ ਆਪ ਇੱਥੇ ਪੁਰਾਣੇ ਆਏ ਪੰਜਾਬੀਆਂ ਦਾ ਮਜ਼ਾਕ ਬਣਾ ਰਹੀ ਹੁੰਦੀ ਆ। ਬਹੁਤ ਜ਼ਿਆਦਾ ਕੋਲਡ ਆ, ਹਾਂ ਮੈਂ ਤਾਂ ਜਿੱਦਾਂ ਫੌਗ ਦੇ ਨਾਲ ਉਹ ਸਨੋ ਜ਼ਿਆਦਾ ਨਾਇਸ ਲੱਗਦੀ ਆ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਨਹੀਂ 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 ਨਹੀਂ, ਮੈਂ ਨਹੀਂ ਕਰਨਾ ਡਾਂਸ ਯਾ ਜਾ 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 ਜਾ। ਅੱਛਾ ਇਹ ਤੁਹਾਡੀ ਨੀਸ ਆ, ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਭੈਣ ਜੀ ਲਿਸਨ ਟੂ ਮੀ ਵੈਰੀ ਕੇਅਰਫੁਲੀ। ਮੈਡਮ ਜਿਨ ਕੇ ਘਰ ਸ਼ੀਸ਼ੇ ਕੇ ਹੋਤੇ ਹੈ ਨਾ, ਵੋ ਬਾਥਰੂਮ ਮੇਂ ਮੁੱਠ ਨਹੀਂ ਮਾਰਤੇ। ਦੂਜਿਆਂ ਦੀ ਸੋਚ ਚੇਂਜ ਕਰਨ ਤੋਂ ਪਹਿਲਾਂ, ਦੂਜਿਆਂ ਦੇ ਸਟੀਰੀਓਟਾਈਪ ਚੇਂਜ ਕਰਨ ਤੋਂ ਪਹਿਲਾਂ ਆਪਣੀ ਚੇਂਜ ਕਰ। ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ, ਜੇ ਤੁਸੀਂ ਪੋਜ਼ਿਟਿਵਿਟੀ ਫਲਾਓਗੇ ਤਾਂ ਸ਼ੈਡੋ ਵੀ ਫਲਾਉਣ। ਖੁਦ ਬੀਬਾ ਜੀ ਤੁਸੀਂ ਉਹਨਾਂ ਦੇ ਐਕਸੈਂਟ ਤੋਂ ਹੀ ਹਿੱਟ ਹੋਏ ਹੋ। ਹਾਈ ਪਰਮਿੰਜਾ, ਹਾਊ ਆਰ ਯੂ? ਕਿਉਂਕਿ ਸ਼ਕਲ ਤਾਂ ਮੈਡਮ ਦੀ ਮਾਡਲਿੰਗ ਵਾਲੀ ਹੈ ਨਹੀਂ, ਪਰ ਪਹਿਲੇ ਗਾਣੇ 'ਚ ਮਾਡਲਿੰਗ ਕਰਨ ਲਈ ਵੀ ਉਹੀ ਐਕਟਿੰਗ ਕਰਨੀ ਪਈ। ਸਾਡੀਆਂ ਪੰਜਾਬ ਬੈਠੀਆਂ ਬੀਬੀਆਂ ਪਹਿਲਾਂ ਕੀਪੈਡ ਵਾਲੇ ਫੋਨ ਤੇ ਸਪੀਡ ਲਾ ਕੇ ਫੋਨ ਲਾਉਂਦੀਆਂ ਸੀ, ਤੇ ਅੱਜ ਉਹ WhatsApp ਤੇ ਕੋਲਾਂ ਕਰਦੀਆਂ ਨੇ। ਮਤਲਬ ਕੋਈ ਨਾ ਕੋਈ ਚੇਂਜ ਤਾਂ ਆ ਰਹੀ ਆ, ਤੇ ਜਿੱਥੇ ਜਿਹੜੇ ਕੋਈ ਪੁਰਾਣੇ ਪੰਜਾਬੀ ਆਏ ਨੇ ਉਹ ਇੱਧਰ ਦਾ ਕਲਚਰ ਅਡਾਪਟ ਕਰਨ ਦੀ ਥੋੜੀ ਬਹੁਤ ਕੋਸ਼ਿਸ਼ ਕਰਦੇ ਆ, ਤਾਂ ਕੀ ਪ੍ਰੋਬਲਮ ਆ ਤੁਹਾਨੂੰ? ਇਹ ਕੇ ਹੋਈ ਤੇ ਕੋਹ ਕਿਹੜਾ ਮੁੰਡਾ ਉਹ ਅਰਸ਼ ਸਿੰਘ ਜਿਹੜਾ ਜਾਮਨ ਨੋ ਜੱਗੂ ਨਹੀਂ ਪਲੇ ਕਰ ਸਕਦਾ, ਆਊਟਸਾਈਡ ਬਿੰਡੀ ਆ। ਚੱਲ ਚੱਲ ਮਾਮ, ਤੁਸੀਂ ਰੈਡੀ ਹੋਈ ਜਾਂਦੇ ਆ? ਮਾਮ ਬਾਹਰ ਨਹੀਂ ਜਾ ਸਕਦੇ, ਗੁਰੂ ਘਰ ਰਹਿਣ ਦੋ ਅੱਜ ਜਾਣ ਨੂੰ, ਫਰੋਜ਼ ਹੋ ਜਾਓਗੇ। ਮਤਲਬ ਤੁਹਾਡੇ ਵਰਗੀ ਉਹਨਾਂ ਦੀ ਬੇਬੇ ਦਾ ਮਜ਼ਾਕ ਬਣਾਵੇ, ਉਹਨਾਂ ਦੇ ਮਾਂ ਪਿਓ ਦਾ ਮਜ਼ਾਕ ਬਣਾਵੇ ਤੇ ਉਹ ਐਕਸੈਪਟ ਕਰਨ? ਮੈਨੂੰ ਤਾਂ ਇੱਥੇ ਰਹਿੰਦੇ ਨੂੰ ਇੰਨੇ ਚਿਰ ਹੋ ਗਿਆ, ਤੇ ਹੋਰ ਵੀ ਜਿਹੜੇ ਆਪਣੇ ਵੀਰ ਭਰਾ ਦੇਖ ਰਹੇ ਹੋਣਗੇ, ਰਹਿੰਦੇ ਨੂੰ ਕਾਫੀ ਚਿਰ ਹੋ ਗਿਆ ਹੋਊਗਾ। ਮੈਂ ਤਾਂ ਕਦੇ ਜ਼ਿੰਦਗੀ 'ਚ ਇੱਦਾਂ ਬੋਲਦਾ ਕੋਈ ਬੰਦਾ ਜਾਂ ਬੁੱਢੀ ਦੇਖੀ ਨਹੀਂ, ਤੇ ਜੇ ਕੋਈ ਬੋਲਦਾ ਵੀ ਹੈ ਯਾਰ ਕੀ ਪ੍ਰੋਬਲਮ ਹੈ ਤੈਨੂੰ ਭੈਣ ਚੋਦਾ? ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿ ਰਿਹਾ, ਪੋਜ਼ਿਟਿਵਿਟੀ ਫਲਾਓਗੇ ਤਾਂ ਪੋਜ਼ਿਟਿਵਿਟੀ ਮਿਲੂ, ਪਰ ਤੁਸੀਂ ਆਪ ਲਾਉਣੀ ਨੈਗੇਟਿਵਿਟੀ ਤਾਂ ਐਕਸਪੈਕਟ ਕਰਦੇ ਹੋ ਪੋਜ਼ਿਟਿਵਿਟੀ। ਇੰਨੇ ਦੋਗਲੇ ਹੋ ਗਏ ਨੇ, ਚੱਲੋ ਜਿੰਨੇ ਲੱਖੋਂ ਭਾਜੀ ਚੱਲ ਰਹੇ ਨੇ। ਗੱਲ ਗੱਲ ਤੇਰੇ ਵੋਣਾ ਮੈਨੂੰ ਛੱਡ ਦੇ, ਮੇਰੇ ਸੁਰਮੇ ਦੇ ਪੈਸੇ ਤੇਰਾ ਬਾਪ ਨਹੀਂ ਦਿੰਦਾ। ਲਾ ਦੋ ਜੀ ਮੇਰੇ ਤੇ ਹੁਣ ਜਨਾਨੜੇ ਦੀ ਸਟੈਂਪ, ਬਿਕੋਜ਼ ਮੈਂ ਮੁੰਡਾ ਹੋਣ ਦੇ ਬਾਵਜੂਦ ਇੱਕ ਸੌਂਗ ਦੇ ਉੱਪਰ ਜਨਾਨੀ ਦੀ ਐਕਟਿੰਗ ਕਰ ਦਿੱਤੀ, ਜਿਨ੍ਹਾਂ ਨੇ ਮੇਲ ਹੋਣ ਦੇ ਬਾਵਜੂਦ ਕੁੜੀਆਂ ਦੀ ਫੀਲਿੰਗਸ ਵਾਲੇ ਸੌਂਗ ਗਾਏ ਨੇ। ਫਿਰ ਤਾਂ ਉਹ ਵੀ ਸਾਰੇ ਗਲਤ ਹੋ ਗਏ, ਜੇ ਇਹ ਬਾਈ ਗਲਤ ਵਾ, ਮੈਂ ਕੁਝ ਗਲਤ ਕੀਤਾ ਜਾਂ ਇਹ ਕੁਝ ਗਲਤ ਕਰਦਾ ਪਿਆ, ਗਲਤ ਸਾਡੀ ਸੋਚ ਵਾ ਮਿੱਤਰੋ। ਓ ਭਾਜੀ ਨੇ ਕਿੰਨੀ ਸਿਆਣੀ ਗੱਲ ਕੀਤੀ ਆ, ਮੈਨੂੰ ਪਤਾ ਇਸ ਤੋਂ ਬਾਅਦ ਭਾਜੀ ਨੇ ਕਦੇ ਕਿਸੇ ਨੂੰ ਵੇਟ ਨਹੀਂ ਬੁਲਾਈ ਹੋਣੀ, ਕਦੇ ਕਿਸੇ ਬਾਰੇ ਕੁਛ ਨਹੀਂ ਬੋਲਿਆ ਹੋਣਾ। ਮੈਨੂੰ ਪਤਾ ਭਾਜੀ ਬਹੁਤ ਸਿਆਣੇ ਹੋ ਗਏ ਹੋਣੇ ਆ। ਆਹ ਬੰਦੇ ਨੂੰ ਇਹ ਗੱਲ ਸਮਝਾਓ ਵੀ ਐਕਟਰ ਤੇ ਕੰਜਰਾਂ ਦੇ ਵਿੱਚ ਫਰਕ ਹੁੰਦਾ ਵਾ, ਬਣਾਉਣਾ ਚਾਹੁੰਦੇ ਨੇ। ਹੁਣ ਦੇਖੋ ਇਹਨੇ ਕਿੱਡਾ ਕੁ ਕਿਤੇ ਇਹਨੇ ਤੀਰ ਮਾਰ ਦਿੱਤਾ, ਆ ਜਿਹੜੀ ਥੱਲੇ ਰਾਈਟ ਬੋਟਮ 'ਚ ਪਿਕਚਰ ਵਾ, ਇਹਨੇ ਕਿਤੇ ਕਿੱਡਾ ਕੁ ਹਿਸਟੋਰੀਕਲ ਐਕਟਰ ਲੈ ਆਉਂਦਾ ਵਿੱਚ, ਜਿਹਦਾ ਪਿੱਛਾ ਬੜਾ ਤਗੜਾ, ਮੈਨੂੰ ਲੱਗਦਾ ਪਿੱਛਾ ਹੀ ਤਗੜਾ ਸੀਗਾ, ਇਸੇ ਕਰਕੇ ਆਪਣੀ ਮੂਵੀ ਦੇ ਵਿੱਚ ਉਹਨੂੰ ਲੈ ਕੇ ਆਇਆ। ਵੀ ਮੈਨੂੰ ਤਾਂ ਨਾ ਇੱਕ ਰੀਅਲ ਪਰਸਨ ਚਾਹੀਦਾ ਜਿਹੜਾ ਦਿਲ ਨੂੰ ਟੱਚ ਕਰਿਆ, ਉਹਦੀ ਐਕਟਿੰਗ ਕਹਿੰਦਾ ਬੜੀ ਬੰਬ ਰਹੀ ਆ। ਫਿਰ ਉਹਦੇ ਵਿੱਚ ਇਹਨਾਂ ਨੇ ਸਾਲਿਆ ਮਹੀਨਾ ਨਹੀਂ ਖੜੇ ਆਪਣੇ ਸਟੈਂਡ ਤੇ, ਮਹੀਨੇ ਕੁ ਪਹਿਲਾਂ ਭਾਜੀ ਬੱਲੂ ਦੀ ਸਪੋਰਟ 'ਚ ਆਏ ਸੀ ਕਿ ਬੱਲੂ ਨੂੰ ਕੁਛ ਨਾ ਕਹੋ, ਤੇ ਸਾਲਿਆ ਹੁਣ ਮੈਟ ਸਿੰਘ ਤੂੰ ਕੀ ਗੱਲ, ਉਹ ਬੰਦਾ ਨਹੀਂ। ਹਾਂ ਵਿਊ ਘਟ ਗਏ ਸੀ ਨਾ, ਹੁਣ ਵਿਊ ਨਹੀਂ ਆ ਰਹੇ, ਕੋਈ ਨਾ ਕੋਈ ਮੁੱਦਾ ਤਾਂ ਛੇੜਨਾ ਹੀ ਪੈਣਾ। ਨਹੀਂ ਤਾਂ ਇਸ ਪ੍ਰਕਾਰ ਦੇ ਨਾਲ ਇੱਕ ਮੂਵੀ ਆਈ ਸੀਗੀ ਬੀਨੂ ਢਿੱਲੋਂ ਦੀ,
ਬੱਬਲ ਰਾਏ ਦੀ ਤੇ ਜੱਸੀ ਦੀ ਜਿਹਦੇ ਵਿੱਚੋਂ ਕੁੜੀਆਂ ਬਣੇ ਹੁੰਦੇ ਆ, ਉਹਨਾਂ ਨੇ ਕਿਹੜਾ ਮੇਕਅਪ ਜਾਂ ਗੈਟਅਪ ਕੁੜੀਆਂ ਦਾ ਨਹੀਂ ਪਾਇਆ ਸੀ ਆਪਣੇ ਆਪ ਤੇ, ਇਹਦਾ ਮਤਲਬ ਉਹ ਜਨਾਨੜੇ ਹੋ ਗਏ? ਨਹੀਂ, ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਉਹਨਾਂ ਨੇ ਉਹ ਕਿਰਦਾਰ ਕੀਤਾ। ਇਸੇ ਤਰੀਕੇ ਦੇ ਨਾਲ ਇਸ ਵੀਰ ਦਾ ਟੈਲੈਂਟ ਇਹਦੀ ਰੋਜ਼ੀ ਰੋਟੀ ਬਣ ਚੁੱਕਾ, ਜਿਹਦੇ ਥਰੂ ਇਹ ਆਪਣੇ ਮਾਂ ਪਿਓ ਤੇ ਆਪਣੇ ਪਰਿਵਾਰ ਨੂੰ ਪਾਲਦਾ ਪਿਆ, ਪਰ ਸਾਨੂੰ ਪਚਦਾ ਨਹੀਂ ਪਿਆ। ਨਹੀਂ, ਤੇਰੀ ਵੀਡੀਓ ਦੇਖਣ ਮੈਨੂੰ ਮੈਡੀਸਨ ਤੋਂ ਫੋਨ ਆਇਆ, ਕਹਿੰਦਾ ਮੈਨੂੰ ਭਾਜੀ ਦੀ ਵੀਡੀਓ ਦੇਖ ਕੇ ਡਿਪਰੈਸ਼ਨ ਹੋ ਗਿਆ, ਦੱਸੋ ਤਾਂ ਹੁਣ ਮੈਂ ਕੀ ਕਰਾਂ? ਬੜਾ ਬੰਦੂ ਦਾ ਸਗਾ ਸਾਡੂ ਬਣਦਾ ਸਾਲੇ, ਤੈਨੂੰ ਬੜਾ ਪਤਾ ਕਿਉਂ ਡਰਾਮੇ ਕਰਦਾ, ਸਾਡੇ ਨਾਲ ਤੇ ਫੋਨ ਤੇ ਗੱਲ ਹੋਈ ਆ, ਅਗਲਾ ਆਪ ਮੰਨਦਾ ਭਰਾਵਾ ਵੀ ਉਲੀਆ ਡਰਾਮੇ ਕਰਨੇ ਪੈਂਦੇ ਆ, ਨਹੀਂ ਪਤਾ ਹੁੰਦਾ ਤਾਂ ਨੈਟ ਤੇ ਆ ਕੇ ਕੁਝ ਬੋਲੀ ਤਾਂ ਨਹੀਂ ਹੁੰਦਾ, ਕਿੱਡਾ ਸਾਲੇ ਤੇਰੇ ਪੈਰ ਦੀ ਅੱਡੀ ਅੱਗਾ ਮੂੰਹ ਆ, ਮੈਂ ਬੀਟ ਲਾਉਣ ਤੋਂ ਬਾਅਦ ਨਾ ਮੇਰੇ ਟੱਟੇ ਦੰਦ ਨਿਕਲਦੇ ਜਿੱਦਾਂ ਦੀ ਤੇਰੀ ਸ਼ਕਲ ਆ, ਤੇ ਥੋੜੀ ਦੇਰ ਪਹਿਲਾਂ ਤੂੰ ਐਲਜੀਬੀਟੀ ਕਮਿਊਨਿਟੀ ਤੇ ਕੀ ਬੋਲਦਾ ਸੀ? ਇਹ ਕਿਹਾ ਵਾ ਵੀ ਛੋਟੇ ਹੁੰਦੇ ਸਾਨੂੰ ਵੀ ਹੀਰ ਰਾਂਝੇ ਦੀਆਂ ਸਟੋਰੀਆਂ ਸੁਣਾਈਆਂ ਗਈਆਂ ਸੀ, ਅਸੀਂ ਤਾਂ ਉਹ ਬਣ ਨਹੀਂ ਗਏ। ਇੱਥੋਂ ਹੀ ਕੁਝ ਫਿਰ ਸਿੱਖੋ, ਅੱਜ ਦੇ ਬੱਚਿਆਂ ਨੂੰ ਸਕੂਲਸ ਦੇ ਵਿੱਚ ਜੇ ਸੈਕਸੁਅਲ ਓਰੀਐਂਟੇਸ਼ਨ ਦੀਆਂ ਕਲਾਸਾਂ ਲਵਾਈਆਂ ਜਾ ਰਹੀਆਂ ਨੇ, ਉਹ ਉਹਨਾਂ ਦੇ ਵੀ ਕੰਮ ਦੀਆਂ ਨਹੀਂ ਹੈਗੀਆਂ, ਜਿਹਦੇ ਵਿੱਚ ਕਿ ਇਹੋ ਜਿਹੀਆਂ ਬੁੱਕਸ ਆ ਚੁੱਕੀਆਂ ਨੇ ਵੀ ਪੜ੍ਹਨਾ ਤਾਂ ਛੱਡੋ, ਦੇਖ ਕੇ ਮਾਂ ਪਿਓ ਨੂੰ ਤੇ ਟੀਚਰਸ ਨੂੰ ਵੀ ਸ਼ਰਮ ਆਉਂਦੀ ਹੈ ਜਿਹੜੀਆਂ ਚੀਜ਼ਾਂ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ। ਲੈਸਬੀਅਨ ਗੇ ਨਹੀਂ ਹੋਣਗੇ, ਤੁਸੀਂ ਦੱਸੋ ਜੇ ਤੁਸੀਂ ਹੀਰ ਰਾਂਝਾ ਨਹੀਂ ਭੁੱਲੇ, ਉਹ ਬੱਚਿਆਂ ਨਾਲ ਜਿਹੜਾ ਇਹ ਟੋਰਚਰ ਕੀਤਾ ਜਾ ਰਿਹਾ ਰਾਈਟ ਨੂੰ, ਉਹ ਕਿੱਦਾਂ ਭੁੱਲਣਗੇ? ਹਾਂ, ਜਦੋਂ ਆਪਣੇ ਬੱਚਿਆਂ ਨੂੰ ਸਕੂਲ ਚ ਗਲਤ ਸਿਖਾਇਆ ਜਾ ਰਿਹਾ ਉਦੋਂ ਬੜੀਆਂ ਮਿਰਚਾਂ ਲੱਗਦੀਆਂ ਸੀ, ਤੇ ਜਦੋਂ ਤੇਰਾ ਫੁੱਫੜ ਭੈਣ ਚੋਂ ਡਾਂਸ ਅਕੈਡਮੀ ਖੋਲ ਕੇ ਲੋਕਾਂ ਨੂੰ ਠੁਮਕੇ ਮਾਰਨਾ ਸਿਖਾਉਂਦਾ ਉਦੋਂ ਨਹੀਂ ਕੁਝ ਲੱਗਦਾ? ਉਹ ਨੱਚ ਕੇ ਜ਼ਰਾ ਦਿਖਾ ਦੇ ਮੋਹਰਨੀਏ, ਸਕੂਲਾਂ ਚ ਬੱਚੇ ਵਿਗੜਦੇ ਨੇ, ਫਿਲਮਾਂ ਚ ਬੱਚੇ ਵਿਗੜਦੇ ਨੇ, ਤੇ ਤੇਰਾ ਫੁੱਫੜ ਦਾ ਭੈਣ ਚੋਂ ਡੀਡੀ ਨੈਸ਼ਨਲ ਤੇ ਆਉਂਦਾ ਨਾ ਰੋਜ਼, ਹੁਣ ਸਾਰਿਆਂ ਕੋਲ ਇੰਸਟਾ, ਸਾਰਿਆਂ ਕੋਲ ਰੀਲਾਂ, ਸਾਰਿਆਂ ਕੋਲ ਟਿਕਟੋਕ, ਸਾਰਿਆਂ ਕੋਲ ਤਾਂ ਸਾਰੀ ਦਿਹਾੜੀ ਦੇਖਦਾ ਤੇਰਾ ਫੁੱਫੜ ਨੱਚਦਾ ਉੱਥੇ, ਜੇ ਬਾਕੀ ਚੀਜ਼ਾਂ ਤੇਰੇ ਬੱਚਿਆਂ ਤੇ ਅਸਰ ਪਾਉਂਦੀਆਂ ਨੇ ਤਾਂ ਮੇਰਾ ਵੀ ਇਹ ਤਾਂ 100% ਹੀ ਪਾਊਗਾ। ਹੁਣ ਕੀ ਕਹਿਣਗੇ ਭਰਾਵਾ, ਤੁਹਾਨੂੰ ਤਾਂ ਲੱਗ ਰਿਹਾ ਕਿ ਭੋਲੇ ਦੀ ਫਿਲਮ ਤੇ ਬੋਲ ਰਿਹਾ, ਕਿਉਂਕਿ ਭੋਲੇ ਦੀ ਫਿਲਮ ਦੀ ਤੁਸੀਂ ਪ੍ਰਮੋਸ਼ਨ ਕੀਤੀ ਸੀ ਭਰਾਵਾ, ਸਾਡੇ ਵੱਲੋਂ ਫਿਲਮ ਚੱਲਣੀ ਸੀ, ਚੱਲ ਗਈ ਆਲਰੇਡੀ, ਉਹਨੇ ਜਿੰਨੇ ਪੈਸੇ ਕਮਾਉਣੇ ਸੀ ਕਮਾ ਲਏ ਭਰਾਵਾ, ਉੱਥੇ ਤਾਂ ਪਰਚਾ ਵੀ ਹੋ ਗਿਆ, ਸਾਨੂੰ ਉਹਨਾਂ ਹੋਰ ਕੀ ਬਦਲ ਨਹੀਂ, ਪਰ ਇਹੋ ਜਿਹੇ ਦੋ ਗਲਿਆਂ ਨਾਲ ਜ਼ਰੂਰ ਹੈਗਾ, ਤੈਨੂੰ ਗਿੱਟ ਲੇੜੇ ਨੇ ਕਮੈਂਟ ਕਰਕੇ ਸਮਝਾਇਆ ਵੀ ਸੀ, ਟੈਂਟ ਤੇ ਭਾਜੀ ਨੇ ਜਾਂਦੇ ਜਾਂਦੇ ਉਹੀ ਬੋਲਿਆ। ਇਹ ਆ ਕੁਝ ਲੋਕਾਂ ਨੇ ਰੋਸਟ ਕਰਨ ਵਾਲੇ ਚੈਨਲ ਖੋਲੇ ਹੋਏ ਆ ਨਾ, ਉਹਨਾਂ ਨੂੰ ਅਨਫੋਲੋ ਕਰੋ, ਬਿਕੋਜ਼ ਉਹ ਲੋਕ ਸਮਾਜ ਦੇ ਵਿੱਚ ਸਿਰਫ ਨਫ਼ਰਤ ਫੈਲਾਉਂਦੇ ਆ, ਹੋਰ ਕੁਝ ਨਹੀਂ। ਦੂਜਿਆਂ ਨੂੰ ਬੋਲਣ ਤੋਂ ਪਹਿਲਾਂ ਭਾਜੀ ਤੁਸੀਂ ਆਪ ਤਾਂ ਅਨਫੋਲੋ ਕਰੋ, ਸਾਲਾ ਕੋਈ ਜਿਹੜਾ ਮੁੱਦਾ ਜੇ ਰੋਸਟਰਾਂ ਦੇ ਪਿੱਛੇ ਪੈ ਜਾਂਦੇ, ਪਿੱਛੇ ਜਿਹੜੇ ਜਲੰਧਰ ਚ ਘਾਟਾ ਤੇ ਭਰਾਵਾ ਰੋਸਟਰ ਕਿਉਂ ਨਹੀਂ ਬੋਲੇ? ਨਹੀਂ, ਮੇਰੀ ਗੱਲ ਸੁਣੋ, ਐਵੇਂ ਨੈਟ ਤੇ ਆ ਕੇ ਕਿਉਂ ਬੋਲਦੇ ਹੁੰਦੇ ਹੋ ਭਰਾਵਾ? ਉੱਥੇ ਸਾਨੂੰ ਮੈਸੇਜ ਕਰ ਲਿਆ ਕਰੋ, ਤੁਹਾਨੂੰ ਸ਼ਬਦ ਆ ਮਾਪੇ ਭੇਜਦੇ ਕਰਾਂਗੇ, ਤੇ ਫਿਰ ਇਹੋ ਜਿਹੇ ਕਹਿਣਗੇ ਨਹੀਂ ਤਾਂ ਅਸੀਂ ਤਾਂ ਸਮਾਜ ਦੇ ਸੁਧਾਰ ਕੇ ਆ। ਇਹ ਸਾਡੇ ਸਮਾਜ ਨੂੰ ਵੀ ਗੰਦਾ ਬਣਾਉਣਾ ਚਾਹੁੰਦੇ ਨੇ, ਹੁਣ ਦੇਖੋ। ਹਾਂ, ਸਮਾਜ ਨੂੰ ਬੁਣ ਚਾਹੀਦੀ ਆ, ਦੇਗਾ ਬੜੇ ਮੈਸੇਜ ਉਹਨੂੰ 14 ਫਰਵਰੀ ਨੂੰ। ਭਾਜੀ ਕੋਈ ਸੇਲੀ ਨੇ ਹੈਗੀ, ਭਾਜੀ ਹੱਥ ਨਹੀਂ ਕਰਨਾ ਪੈਂਦਾ, ਮੈਂ ਹੁਣ ਕਰਦਾ ਤੇਰਾ ਨੰਬਰ ਫਾਰਵਰਡ ਕਿ ਆ ਜਾਓ ਮੁੱਖ ਉੱਤੇ ਚੜ ਜਾਓ। ਭਾਜੀ ਨੇ ਕਿਹੜਾ ਕੁਝ ਕਹਿਣਾ ਹੈ, ਸਮਾਜ ਪੱਤੀ ਭਾਜੀ ਦਾ ਇੰਨਾ ਫਰਜ਼ ਤਾਂ ਬਣਦਾ ਹੈ? ਪਤਾ ਨਹੀਂ ਯਾਰ ਸਾਰਿਆਂ ਨੂੰ ਕੀ ਪ੍ਰੋਬਲਮ ਹੈ ਭਰਾਵਾ, ਗਲਤ ਨੂੰ ਗਲਤ ਕਹੀਦਾ, ਹੋਰ ਰਸਤ ਵੱਲ ਕੀ ਕਹਿੰਦੇ ਆ, ਜਿਵੇਂ ਅੱਜ ਮਾਨ ਸਾਹਿਬ ਦੀ ਵਾਰੀ ਆ। ਕੁਝ ਲੋਕ ਕਹਤੇ ਹੈ ਕਿ ਮਨੀ ਕਾਨ ਬਾਏ ਹੈਪੀਨੈਸ, ਅਬ ਮੁਝੇ ਲਗਤਾ ਹੈ ਕਿ ਉਹਨਾਂ ਨੇ ਇਸਕੇ ਬਾਰੇ ਮੈਂ ਨਹੀਂ ਸੁਣਾ, ਕਿਉਂਕਿ ਆਏ ਔਰ ਕਮਾਏ ਆਪਣੀ ਅਸਲੀ ਖੁਸ਼ੀਆਂ। ਹਾਂ ਭਾਬੀ ਨੂੰ ਸਾਰੇ ਗਾਣੇ ਮੋਡਲਿੰਗ ਸ਼ਰਤੀ, ਹੁਣ ਇਸ ਤੋਂ ਪੈਸੇ ਕਮਾਉਣੇ ਲੱਗਦਾ ਬਲ ਸਾਹਿਬ, ਵਿਆਹ ਤੋਂ ਬਾਅਦ ਭਾਬੀ ਨੂੰ ਖਰਚਾ ਨਹੀਂ ਦਿੰਦੇ ਯਾਰ, ਢਿੱਲੋ ਸਾਹਿਬ ਸਮਝਾਓ ਭਾਬੀ ਨੂੰ ਕੁਝ। ਲਓ ਜੀ ਆਪਾਂ ਲਾ ਦੀਆਂ 2 ਬੈਟਾਂ ਉੱਪਰ ਲਾ ਤੇ $100 ਦੇ ਥੱਲੇ 50। ਤੂੰ ਲੋੜੂ ਸਮਝਾਉਣਾ, ਤੂੰ ਤੇ ਆਪ ਜੂਏ ਤੇ ਲੱਗਾ। ਚੱਲ ਕੋਈ ਨਾ, ਮੇਰਾ ਵੀਰ ਇੱਥੋਂ ਪੈਸੇ ਬੂਏ ਇਕੱਠੇ ਕਰਕੇ ਵਾਲ ਵਾਲੀ। ਇੱਕ ਹੋਰ ਫੁੱਦੂ ਇਹਨਾਂ ਦਿਨਾਂ 'ਚ ਬੜਾ ਚਰਚੇ 'ਚ ਆ। ਆਹ ਘੜੀ ਆ ਥਾਰ, ਆਹ ਘੜਾ ਬੁਲਟ, ਵੀਡੀਓ ਬਣੀ ਜਾਂਦੀ ਆ ਆਈਫੋਨ ਨਾਲ, ਘਮੰਡ ਕਾਹਦਾ ਕਰਨਾ ਨਾਲ ਕੁਛ ਵੀ। ਉਹਦਾ ਸ਼ੁਕਰ ਮਨਾ ਲੈ, ਕਾ ਤੂੰ ਬਿਨਾ ਗੱਲੋਂ ਸੂਲੀ। ਟੈਲ ਮੀ ਯੂ ਆਰ ਫੁਕਰਾ ਵਿਦਆਊਟ ਟੈਲਿੰਗ ਮੀ ਯੂ ਫੁਕਰਾ, ਇਹੋ ਜਿਹੇ ਬੰਦੇ ਹੁੰਦੇ ਨੇ, ਘਰ ਦਾ ਫਿਊਜ ਪੁੱਟ ਕੇ ਕਹਿ ਰਹੇ ਹੁੰਦੇ ਨੇ ਦੇਖ ਦੇਖ ਮੇਰੀ ਘੜੀ 'ਚ ਲੈਟ ਜਗਦੀ, ਨਵੀਂ ਟਾਰਚ ਲੈ ਕੇ ਸਾਰਿਆਂ ਨੂੰ ਖੁੰਦ ਚੱਕਰ 'ਚ ਦਿਨ ਜਗਾ ਜਗਾ ਕੇ ਦੇਖ ਰਿਹਾ ਹੁੰਦਾ ਤੇ ਰਾਤ ਨੂੰ ਮੋਮਬੱਤੀਆਂ ਬਾਲਦਾ ਫਿਰਦਾ, ਇਹੋ ਜਿਹਾ ਬੰਦਾ ਪੂਰੇ ਪਿੰਡ 'ਚ ਫੁਕਰੀ ਮਾਰਿਆ ਹੁੰਦਾ ਭਰਾਵਾ, ਸਾਡੇ ਘਰ ਚਾਹ ਬਣਾਉਣ ਵਾਲਾ ਹੀਟਰ ਹੀ ਉਹ, ਬਾਅਦ 'ਚ ਰੇਡ ਪਵਾ ਕੇ ਬਹਿ ਜਾਂਦਾ। ਆ ਭੈਣ ਦਾ ਯਾਰ, ਟੈਂਪੂ ਸਾਰਾ ਮਰਦਾ ਮੁਰਦਾ ਨਹੀਂ, ਗਲਤ ਕਮੈਂਟ ਕਰੀ ਜਾਂਦਾ, ਪਹਿਲਾਂ ਤੂੰ ਇਹਦੀ ਬਹੂ ਨੂੰ ਸਾਂਭਣਾ, ਭੈਣ ਦਾ ਯਾਰ ਤੂੰ ਸਾਡੇ ਨਾਲ ਪੰਗਾ ਲੈ ਕੀ ਕਰਨਾ? ਬੀਟੀਐਸ ਦੇ ਗਾਣੇ ਸੁਣ ਕੇ ਮੁੱਠ ਮਾਰਨ ਵਾਲਿਆ ਸਾਲਾ ਡਾਕਟਰ ਦੀ ਬਾਥਰੂਮ ਵਾਲੀ ਸ਼ੀਸ਼ੀ ਦਾ ਵਾਪਸ ਕਰਿਆ, ਸਾਲਾ ਚਮਨਪ੍ਰਾਸ਼ ਖਾ ਕੇ ਅੱਖਾਂ ਖੜੀਆਂ ਕਰੀ ਫਿਰਦਾ, ਜੀਟੀਏ ਇੱਕ ਸੈਕਸ ਨਹੀਂ ਆਈ, ਪਰ ਪੰਜਾਬ 'ਚ ਐਨੀਵੇ ਕਰੈਕਟਰ ਆ ਗਏ, ਕੱਲ ਮੇਰਾ ਫਿਰ ਮਿਸਤਰੀ ਦੀ ਡਰਿਲ ਤਾਂ ਮੋੜਦੇ, ਜੇ ਅੰਦਰ ਚੱਲ ਗਈ ਤਾਂ ਸ਼ੇਖ ਹੋਰ ਡੂੰਗਾ ਹੋਜੂ। ਮੈਨੂੰ ਸੁਣਨ 'ਚ ਆਇਆ ਕਿ ਤੁਹਾਡੇ 8 ਰਿਫਿਊਜ਼ਲ ਹੈ ਪਹਿਲਾਂ, ਕਿੰਨੇ? 8 ਰਿਫਿਊਜ਼ਲ ਹੈ? ਮੈਂ ਇੱਕ ਵਾਰ ਫਿਰ ਬੋਲਣ ਜਾ ਰਿਹਾ, ਸੱਚੀ 8 ਰਿਫਿਊਜ਼ਲ? ਮੈਂ ਦੁਬਾਰਾ ਬੋਲਣ ਜਾ ਰਿਹਾ, 8 ਰਿਫਿਊਜ਼ਲ ਤੁਸੀਂ ਲਿੱਤੇ ਨੇ? ਇੰਨਾ ਵਿਚਾਰੀ ਉਦੋਂ ਸ਼ਰਮਿੰਦਾ ਨਹੀਂ ਜਦੋਂ ਰਿਫਿਊਜ਼ਲ ਆਈ ਜਿੰਨੀ ਤੂੰ ਬੋਲ ਕੇ ਕਰਤੀ? ਪਰ ਤੁਸੀਂ ਹਿੰਮਤ ਨਹੀਂ ਛੱਡੀ, ਲੋਕ ਕਹਿੰਦੇ ਮੈਂ ਕੈਨੇਡਾ ਜਾਣਾ ਨਹੀਂ, ਤੁਸੀਂ ਕੈਨੇਡਾ ਜਾਣ ਤੋਂ ਛੱਡਦੇ ਨਹੀਂ, ਬੜੀ ਖਾਸ ਗੱਲ ਹੈ। 8 ਰਿਫਿਊਜ਼ਲ
ਹੋਰ ਬੜੇ ਭਾਈ ਤੁਹਾਨੂੰ ਪਤਾ ਓਕੇ ਕਰਾ ਲੈ ਇਹ ਜਾ ਕੀ ਕਰ ਲੈ ਇੱਕ ਤਾਂ ਬਦਮਾਸ਼ੀ ਚ ਹੈਗਾ ਗੰਡ ਗਰੁੱਪ ਤੇ ਹੈਗਾ ਗੰਡ ਗਰੁੱਪ ਇਹ ਯਾਰ ਦੋਸਤ ਨਹੀਂ ਹੈਗੇ ਜੀ ਇਹ ਉਹ ਨੇ ਜਿਹੜੇ ਨਾਲ ਖੜਨ ਵਾਲੇ ਆ ਅੱਛਾ ਅੱਛਾ ਨੇ ਲੱਤਾਂ ਚੱਕ ਕੇ ਭੱਜਣ ਵਾਲੇ ਨਹੀਂ ਹੈਗੇ ਹਾਂ ਉਹ ਤਾਂ ਵਧੀਆ ਲੱਤਾਂ ਚੱਕ ਕੇ ਦੇਣ ਵਾਲੇ ਆ ਇਹੋ ਜਿਹਨ ਹੁਣ ਗਾਲਾਂ ਨਾ ਕੱਢੀ ਤੇ ਕੀ ਗੱਲ ਪੰਜਾਬ ਦੇ ਸਟੇਟ ਆਈਕਨ ਲਈ ਨੋਮੀਨੇਟ ਕਰੀਏ ਲੱਖੂ ਆਪਾਂ ਇਹਨਾਂ ਨੂੰ ਬੋਲੀਦਾ ਤੂੰ ਆਪ ਦੱਸ ਕੰਮ ਹੈਗੇ ਕਿ ਨਹੀਂ ਇਹਨਾਂ ਦੇ ਗਾਲਾਂ ਵਾਲੇ ਸੱਚ ਸੱਚ ਹੁੰਦਾ ਚੁੱਪ ਦਾ ਜ਼ਰੂਰ ਹੁੰਦਾ ਥੋੜਾ ਐਵੇਂ ਤਾਂ ਨਹੀਂ ਫਰੈਸ਼ ਉਡਲ ਦਿੰਦੇ ਇਹਨਾਂ ਨੂੰ ਖੱਟਾ ਮਿੱਠਾ ਤੇ ਕੋੜਾ ਮੈਂ ਨਹੀਂ ਬੋਲਣਾ ਹੁਣ ਖੱਲੀ ਭਾਜੀ ਕਰੀ ਫੇਰ ਆਉਣਗੇ ਲੋੜਾ ਚਲੋ ਜੀ ਅੱਜ ਦੀ ਵੀਡੀਓ ਚੰਨੀ ਕਿਵੇਂ ਲੱਗਦੀ ਤੁਹਾਨੂੰ ਵੀਡੀਓ ਪਲੀਜ਼ ਮੈਨੂੰ ਕਮੈਂਟਾਂ 'ਚ ਦੱਸ ਦਿਓ ਤੇ ਵੀਡੀਓ ਲਾਈਕ ਰੱਖ ਦਿਓ ਜੀ 14,000 ਲਾਈਕ ਕੀ ਦੇਖਦੇ ਹੋ ਕਰਦੇ ਹੋ ਨਹੀਂ ਤਾਂ ਮੈਂ ਤੁਹਾਡਾ ਨੰਬਰ ਮੈਂ ਸੰਧੂ ਨੂੰ ਦੇ ਦੇਣਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਸਬਸਕ੍ਰਾਈਬਰ ਵੀ ਦੱਸ ਦਿਓ ਯਾਰ ਜਿਵੇਂ ਤੁਸੀਂ ਦੱਸੋ ਮੇਰੇ 50,000 ਸਬਸਕ੍ਰਾਈਬਰਸ ਹੋ ਗਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਦੇਖੋ 50,000 ਬੰਦੇ ਜੇ ਆਪਣਾ ਜੋੜੇ ਆ ਜੋ ਇੱਕ ਇੱਕ ਸਿਰਫ ਸਿੰਗਲ ਪਰਸਨ ਨੂੰ ਵੀ ਕਹਿਣ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਨ ਦੈਨ ਆਪਣਾ 100K ਹੋ ਜਾਣਾ ਲੱਖ ਹੋ ਜਾਣਾ ਸਿਰਫ ਇੱਕ ਜਣੇ ਨੂੰ ਹੀ ਸਿਰਫ ਇੱਕ ਜਣੇ ਨੂੰ ਹੀ ਆਪਣੇ ਨਾਲ ਦੇ ਪਾਰਟਨਰ ਨੂੰ ਆਪਣੀ ਫੈਮਿਲੀ ਮੈਂਬਰ ਨੂੰ ਕਹੋਗੇ ਸਬਸਕ੍ਰਾਈਬ ਕਰਨ ਨੂੰ ਤਾਂ ਆਪਣਾ ਲੱਖ ਕੰਪਲੀਟ ਹੋ ਜਾਣਾ ਕਿਉਂਕਿ 50,000 ਆਲਰੇਡੀ ਹੋ ਗਿਆ ਵੁਮਨ ਭਾਬੀ ਜੇ ਇਹੀ ਲੋਚ ਹੁੰਦਾ ਤਾਂ ਕੈਰੀ ਮਰਾਠੀ ਦੇ ਰਾਤ ਰਾਤ 80 million ਹੋ ਜਾਣਾ ਤੇ ਜਾਨ ਮਾਲ ਦੇ ਦੋ ਚਲੋ ਛੱਡੋ ਯਾਰ ਕੋਈ ਚੱਕਰ ਨਹੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਏ ਬਾਏ ਟੇਕ ਕੇਅਰ